ਤੇ ਗਾਇਸ ਬਾਕੀ ਯਾਰ ਕਣਕਾ ਤੁਸੀਂ ਚੈੱਕ ਕਰੋ ਮਾਸ਼ਾਅੱਲਾ ਪੱਕ ਗਿਆ ਨੇ ਤੇ ਹੁਣ ਇਹਨਾਂ ਨੂੰ ਵਢਾਈ ਦਾ ਦਿਨ ਆ ਗਿਆ ਜੀ ਬਾਬਾ ਜੀ ਚੈੱਕ ਕਰੋ ਯਾਰ ਰੋਜ਼ ਆਤੇ ਹੈ ਇਸ ਉਮੀਦ ਤੇ ਅੱਜ ਜਿੱਤेंगे ਕੱਲ ਜਿੱਤेंगे ਪਰਸੋਂ ਜਿੱਤेंगे ਰੋਜ਼ ਹਾਰਤੇ ਹੈ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਹੈਲੋ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ ਮੇਰੇ ਕਨਾ ਸਾਰੇ ਭਜਨ ਠੀਕ ਹੋਵੋਗੇ ਤੇ ਸਾਰੇ ਵਧੀਆ ਹੋਵੋਗੇ ਤੇ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੇ ਚੈਨਲ ਥੱਲੇ ਆਪਸ਼ਨ ਨੇ ਸਬਸਕ੍ਰਾਈਬ ਦਾ ਉਹਨੂੰ ਕਲਿੱਕ ਕਰ ਲਓ ਤੇ ਨਾਲ ਜਿਹੜਾ ਬੈਲ ਦਾ ਇੱਕ ਉਹਨੂੰ ਪ੍ਰੈਸ ਕਰੋ ਤਾਂ ਕਿ ਮੇਰੇ ਅੱਜ ਜਿੰਨੇ ਵਲੌਗ ਆ ਤੁਹਾਨੂੰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜੇ ਤੇ ਬਾਬਾ ਜੀ ਆਇਆ ਬਾਹਰ ਸਿਸਟਰ ਨੂੰ ਲੈਣ ਚੱਲਾਂ ਫੇਰ ਹੀ ਤੂੰ ਕਿੰਗਰੀਓ ਤੇ ਗਰਮੀ ਬਹੁਤ ਹੀ ਜ਼ਿਆਦਾ ਯਾਰ ਪਹਿਲਾਂ ਤਾਂ ਮੈਂ ਸੋਨਾ ਹਾਂ ਕੋਈ 5-6 ਵਜੇ ਸੋਈਦਾ ਸੀ ਘਰ ਆਏ ਪਰਸੋਂ ਚੌਥ ਦਾ ਤੇ ਸੁਬਾਹ ਸੁੱਤਾ ਰਹੀਦਾ ਕੋਈ 6 ਵਜੇ ਸੋਈਦਾ ਸੀ ਅਤੇ ਭੈਣ 4 ਵਜੇ ਜਾ ਕੇ ਉੱਠੀਦਾ ਸੀ ਫਿਰ ਜੇ ਨਮਾਜ਼ ਪੜ੍ਹ ਕੇ 6 ਵਜੇ 4 ਵਜੇ ਜਾ ਕੇ ਫਿਰ ਉੱਠੀਦਾ ਸੀ ਹੁਣ ਬਾਹਰ ਆਇਆ ਤਾਂ ਰੋਡ 'ਚ ਚੈੱਕ ਕਰੋ ਯਾਰ ਧੁੱਪ ਕਿੰਨੀ ਜ਼ਿਆਦਾ ਅਤੇ ਗਾਇਸ ਬਾਕੀ ਯਾਰ ਕਣਕਾਂ ਤੁਸੀਂ ਚੈੱਕ ਕਰੋ ਮਾਸ਼ਾਅੱਲਾ ਪੱਕ ਗਈਆਂ ਨੇ ਅਤੇ ਹੁਣ ਇਹਨਾਂ ਨੂੰ ਵਢਾਈ ਦਾ ਦਿਨ ਆ ਗਿਆ ਜੀ ਬਾਬਾ ਜੀ ਚੈੱਕ ਕਰੋ ਯਾਰ ਅੱਛਾ ਵੱਲਾ ਧੁੱਪ ਨਹੀਂ ਜ਼ਿਆਦਾ ਅਗਰ ਮੈਂ ਸੁਬਾਹ ਟਾਈਮ ਉੱਠਿਆ ਹੁੰਦਾ ਨਾ ਅਤੇ ਸਾਰੀ ਬਾਤ ਕੰਮ ਕਰ ਦਿੰਦੇ ਨੇ ਘਰ ਕਦੇ ਇੱਧਰ ਜਾਵੇ ਕਦੇ ਉੱਧਰ ਜਾਣਾ ਸੀ ਰੋਜ਼ਾ ਪਾ ਲੱਗ ਜਾਣਾ ਸੀ ਅਤੇ ਬਾਕੀ ਯਾਰ ਤੁਹਾਨੂੰ ਪੁੱਛਣਾ ਸੀ ਕਿ ਸਾਰੇ ਬ੍ਰਾਹਮਣ ਕਿੰਨੇ ਕਿੰਨੇ ਰੋਜ਼ੇ ਰੱਖੇ ਨੇ ਸਾਰਿਆਂ ਨੇ ਸੱਚ ਬੋਲਣਾ ਝੂਠ ਨਹੀਂ ਬੋਲਣਾ ਰਮਜ਼ਾਨ ਦਾ ਮਹੀਨਾ ਹੈ ਅਤੇ ਰਮਜ਼ਾਨ ਦੇ ਮਹੀਨੇ ਵਿੱਚ ਵਿੱਚ ਇੱਕ ਮਿੰਟ ਆਏ ਕੋਈ ਕਮੈਂਟ ਕਰ ਦਿਓ ਕਿ ਕਿੰਨੇ 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 ਰੋਜ਼ੇ ਰੱਖੇ ਨੇ ਠੀਕ ਨਾ ਅਤੇ ਅਲਹਮਦੁਲਿਲਾ ਮੈਂ ਸਾਰੇ ਰੋਜ਼ੇ ਰੱਖੇ ਨੇ ਅਤੇ ਬਾਕੀ ਤੁਸੀਂ ਕਮੈਂਟ ਕਰ ਦਿਓ ਬਾਬਾ ਜੀ ਕਿੰਨੇ ਰੋਜ਼ੇ ਰੱਖੇ ਨੇ ਬਾਕੀ ਆ ਧੂਮ 3 ਆੜੀ ਆਪਣੀ ਯਾਰ ਬਹੁਤ ਦੇਰ ਬਾਅਦ ਕਿਤੇ ਬੈਠੇ ਹਾਂ ਅਤੇ ਜਿੱਦਾਂ ਮੈਂ ਆਇਆ ਨਾ 3-4 ਦਿਨ ਹੋ ਗਏ ਹੁਣ ਚੱਲਾਂ ਕਿਤੇ ਮੈਂ ਲੈਣ ਕਿੰਗਰੂ ਅਤੇ ਚੱਲਦੇ ਹਾਂ ਬਾਬਾ ਜੀ ਫਿਰ ਵੇਖੋ ਯਾਰ ਇਹ ਵੇਖੋ ਨਾ ਇਹ ਛਾਂ ਤਾਂ ਬਾਕੀ ਧੁੱਪ ਚੈੱਕ ਕਰੋ ਕੈਸੀ ਕਿੰਨੀ ਧੁੱਪ ਯਾਰ ਹੈ ਨਾ ਦੇਖੋ ਧੁੱਪ ਦੇ ਨਜ਼ਾਰੇ ਨੇ ਸਹੀ ਗੱਲ ਹੈ ਅਤੇ ਧੁੱਪ ਵੀ ਬੱਲਾ ਬਹੁਤ ਜ਼ਿਆਦਾ ਬਾਕੀ ਅਸੀਂ ਹੁਣ ਚੱਲਦੇ ਹਾਂ ਯਾਰ ਤੁਹਾਨੂੰ ਅੱਗੇ ਜਾ ਕੇ ਕੋਈ ਹੋਇਆ ਵੀ ਉਹ ਹੈ ਤੁਹਾਨੂੰ ਵਿਖਾਉਂਦੇ ਹਾਂ ਯਾਰ ਕਿਉਂਕਿ ਇਸ ਟਾਈਮ ਤਕਰੀਬਨ ਉਹੀ ਵਾਮ ਬਾਹਰ ਆਈ ਹੁੰਦੀ ਹੈ ਯਾਰ ਜਿਹੜੀ ਮਤਲਬ ਜਿਹੜੇ ਕਿਸਾਨ ਵਗੈਰਾ ਨੇ ਜਿਹਨੇ ਵਢਾਈ ਵਗੈਰਾ ਕਰਨੀ ਹੈ ਜਿਹਨੇ ਪੱਠੇ ਵਗੈਰਾ ਵੱਢੇ ਨੇ ਜਿਹੜੇ ਆਪਣੇ ਡੰਗਰ ਵਗੈਰਾ ਰੱਖੇ ਨੇ ਅਤੇ ਉਹਨਾਂ ਨੇ ਬਾਹਰ ਆਉਣਾ ਕਿਤੇ ਸੋ ਕੰਮ ਕਾਜ ਨਾ ਕਰਾ ਬਾਕੀ ਜਿਹੜੇ ਜ਼ਿਆਦਾਤਰ ਸ਼ਹਿਰਾਂ ਤੋਂ ਜਾ ਹੀ ਹੁੰਦਾ ਵਾਮ ਬਾਹਰ ਆਉਂਦੀ ਨਹੀਂ ਇਸ ਟਾਈਮ ਜ਼ਿਆਦਾਤਰ ਕੰਮ ਆਉਂਦੀਆਂ ਨੇ ਜੇ ਦੁਕਾਨਾਂ ਵਗੈਰਾ ਖੁੱਲ੍ਹੀਆਂ ਹੁੰਦੀਆਂ ਨਾ ਉਹੀ ਵਾਮ ਬਾਹਰ ਆਉਂਦੀ ਹੈ ਨਹੀਂ ਤਾਂ ਨਹੀਂ ਆਉਂਦੀ ਕਿਉਂਕਿ ਤੁਹਾਨੂੰ ਪਤਾ ਸ਼ਹਿਰ 'ਚ ਵਾਮ ਸੌਂਦੀ ਹੈ ਸੁੱਤੀ ਰਹਿੰਦੀ ਹੈ ਬਾਕੀ ਮਾਸ਼ਾਅੱਲਾ ਪਿੰਡ ਆਹ ਸਾਫ਼ ਵੀ ਠੀਕ ਹੈ ਸੁਬਾਹ ਸੁਬਾਹ 5-6 ਵਜੇ ਉੱਠਣਾ ਹੁੰਦਾ 5-6 ਵਜੇ ਪਹਿਲਾਂ ਉੱਠ ਪੈਂਦੇ ਨਮਾਜ਼ ਪੜ੍ਹਦੇ ਨੇ ਨਮਾਜ਼ ਪੜ੍ਹ ਕੇ ਉਹ ਕੰਮ ਕਾਜ ਹੁੰਦਾ ਉਹਨਾਂ ਦਾ ਬਾਕੀ ਤੁਸੀਂ ਚੈੱਕ ਕਰੋ ਯਾਰ ਕਿਉਂ ਅਸੀਂ ਥੋੜ੍ਹਾ ਜਿਹਾ ਸਕਿੱਪ ਕਰਨੇ ਹਾਂ ਤੁਹਾਨੂੰ ਥੋੜ੍ਹਾ ਜਿਹਾ ਅੱਗੇ ਜਾ ਕੇ ਮਿਲਣੇ ਹਾਂ ਕਿਉਂਕਿ ਹੱਥੋਂ ਹੱਥ ਥੱਕ ਜਾਣਾ ਯਾਰ ਅਤੇ ਰੋਜ਼ ਸਰ ਬੰਦੇ ਹਾਂ ਅਸੀਂ ਥੋੜ੍ਹਾ ਅੱਗੇ ਜਾ ਕੇ ਤੁਹਾਨੂੰ ਵਿਖਾਉਂਦੇ ਹਾਂ ਅਤੇ ਤੁਹਾਨੂੰ ਜਾਵਾਂਗੇ ਸਕੂਲ ਦੇ ਕੋਲ ਦੇ ਉਹ ਪਿੱਛੇ ਅਗਰ ਮੇਰੇ ਖਿਆਲ ਟਾਈਮ ਨਹੀਂ ਹੋਇਆ ਨਤੀਤਰੀਆਂ 'ਚ 3:30 ਵਜੇ 30 ਮਿੰਟਾਂ ਛੁੱਟੀ ਹੋਣੀ ਹੈ ਅਸੀਂ ਛੁੱਟੀ ਨਹੀਂ ਹੋਈ ਹੋਣੀ ਤੁਹਾਨੂੰ ਮਿਲਣੇ ਅੱਗੇ ਜਾ ਕੇ ਤੁਹਾਨੂੰ ਜਾ ਕੇ ਵਿਊ ਦਿਖਾਵਾਂਗੇ ਓਕੇ 2000 ਈਅਰਸ ਲੇਟਰ ਫਾਈਨਲੀ ਯਾਰ ਅਸੀਂ ਸਕੂਲੋਂ ਅਸੀਂ ਸਿਸਟਮ ਲੈਣ ਦਾ ਅਤੇ ਜਾਂਦੇ ਹਾਂ ਘਰ ਅਤੇ ਤੁਹਾਨੂੰ ਮੈਂ ਪੁੱਛੂ ਯੂਨੀ ਵਿਖਾ ਪਾਇਆ ਤਿਆਰ ਇਹਦੀ ਵਜ੍ਹਾ ਤੋਂ ਕਿ ਮੈਂ ਗਿਆ ਵਾਂ ਜਾਂਦੇ ਛੁੱਟੀ ਹੋ ਗਈ ਸੀ ਅਤੇ ਉਹਦੀ ਵਜ੍ਹਾ 'ਤੇ ਮੈਂ ਨਾਲ ਹੀ ਗਿਆ ਵਾਂ ਸਕੂਲ ਡਾਇਰੈਕਟ ਨਾਲ ਲੈ ਕੇ ਆ ਗਿਆ ਅਤੇ ਬਾਕੀ ਆਹੀ ਹੈ ਯਾਰ ਕਿ ਗਰਮੀ ਬਹੁਤ ਜ਼ਿਆਦਾ ਹੈ ਫਿਰ ਰੋਜ਼ੇਦਾਰ ਨੇ ਜਿਹੜੇ ਮਜ਼ਦੂਰੀ ਵਗੈਰਾ ਕਰਦੇ ਨੇ ਘਰ ਰੱਖੇ ਬਾਕੀ ਸਹੀ ਹੈ ਨਾ ਅਤੇ ਬਾਕੀ ਤੁਸੀਂ ਚੈੱਕ ਕਰੋ ਕਣਕਾਂ ਵਗੈਰਾ ਸਾਰੀਆਂ ਪੱਕ ਗਈਆਂ ਟੋਟਲੀ ਚੈੱਕ ਕਰੋ ਹੈ ਨਾ ਅਤੇ ਬਾਕੀ ਹੁਣ ਦੱਸਣ ਵਾਲੇ ਤੁਹਾਨੂੰ ਮਿਲਣੇ ਹਾਂ ਅਸੀਂ ਨੈਕਸਟ ਵਲੌਗ ਨਾਲ ਵਲੌਗ ਚੰਗਾ ਲੱਗਿਆ ਚੱਲੇ ਸਬਸਕ੍ਰਾਈਬ ਕਰਦੇ ਬੈਲ ਦੇ ਕਰ ਜ਼ਰੂਰ ਪ੍ਰੈਸ ਕਰਦੇ ਨਾਲ ਹੀ ਵਾਪਸ ਅਰੇ ਬਹੁਤ ਮਨੁੱਖ ਲੱਗ ਰਹੇ ਹੋ ਮਤ ਕਰੋ ਰਹਿਣ ਲੋ ਰਹਿਣ ਬਹੁਤ ਬੁਰੇ ਲੱਗ ਰਹੇ ਤੋਬਾ 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 ਸਾਰਾ ਮੂਡ ਖਰਾਬ ਕਰ ਦਿਆ